मालक रंगा खाच बंदा माए कोई नहीं वेखना, सारे नौकरा छुट्टी दे तो वाग गया, मेरे जिम्मे बाग ला तो वाग गया, चलो टोकरा भर दिता है कोई अमरूद तो विकते हैं। ਵਾਲੇਕੁਮ ਭਾਈ ਜੀ। ਵਾਲੇਕੁਮ ਸਲਾਮ ਭਾਈ ਜੀ। ਕੀ ਹਾਲ ਹੈ ਜਨਾਬ? ਠੀਕ ਠਾਕ, ਤੁਸੀਂ ਸੁਣਾਓ ਸੋਹਣੇ ਹੋ? ਕਰਮ ਅੱਲਾਹ ਤਾਲਾ ਦੀ ਜ਼ਾਤ ਦਾ ਜੀ, ਕੀ ਤਾਰਫ ਹੈ ਭਾਈ ਉਹਨਾਂ ਦਾ? ਬਸ ਜੀ, ਕੋਈ ਕਰਵਾ ਦੇ ਤੇ ਤਾਰਫ ਹੈ, ਨਹੀਂ ਤਾਂ ਆਪਾਂ ਨੂੰ ਇੱਥੇ ਕੋਈ ਨਹੀਂ ਜਾਣਦਾ। ਨਹੀਂ, ਮੇਰਾ ਕਹਿਣ ਦਾ ਮਤਲਬ ਹੈ ਤੁਹਾਡਾ ਨਾਂ ਨੂੰ ਕੀ ਹੈ? ਮੇਰਾ ਨਾਂ ਹੈ ਜੀ ਗਾਂਝਾ। ਕੀ ਨਾਂ? ਰਾਂਝਾ। ਬਸ ਫਿਰ ਹੀਰ ਨੇ ਖੁਦਕੁਸ਼ੀ ਕੀਤੀ ਹੋਣੀ। ਉਹ ਬਾਈ, ਸੁਬਹਾ ਸੁਬਹਾ ਨਾ ਬੋਣੀ ਦੇ ਟਾਈਮ ਕੋਈ ਕੰਮ ਦੀ ਗੱਲ ਹੈ ਤੇ ਕਰ। ਕੰਮ ਦੀ ਗੱਲ ਇਹ ਹੈ ਜੀ, ਮੇਰਾ ਨਾਂ ਹੈ ਚੌਧਰੀ ਮਜਬੂਰ ਅਲੀ ਖਾਨ। ਅੱਛਾ ਅੱਛਾ, ਹੁਣ ਮੈਨੂੰ ਸਮਝ ਆਈ ਹੈ, ਤੁਸੀਂ ਮਜਬੂਰ ਹੋ ਤੇ ਇੱਥੇ ਆਏ ਜੇ। ਨਹੀਂ ਜੀ, ਮਜਬੂਰ ਹੋ ਤੇ ਨਹੀਂ ਇੱਥੇ ਆਇਆ, ਦਰਅਸਲ ਗੱਲ ਇਹ ਹੈ ਕਿ ਮੇਰੀਆਂ ਜ਼ਾਤੀ ਮਿੱਲਾਂ, ਜ਼ਾਤੀ ਫੈਕਟਰੀਆਂ, ਇੱਕ ਮੇਰਾ ਪੈਟਰੋਲ ਪੰਪ ਹੈ, ਪੈਟਰੋਲ ਪੰਪ ਦੇ ਉੱਤੇ ਹੀ ਮੈਂ ਮਾਚਸਾਂ ਵਾਲੀ ਫੈਕਟਰੀ ਵੀ ਬਣਾਈ ਹੋਈ ਹੈ। ਹਲਾ, ਆਮਦਨ ਬਹੁਤ ਜ਼ਿਆਦਾ, ਪੈਸਾ ਬਹੁਤ ਜ਼ਿਆਦਾ ਮੇਰੇ ਕੋਲ। ਮਾਸ਼ਾਅੱਲਾ ਮਾਸ਼ਾਅੱਲਾ, ਖੈਰ ਸ਼ੁਰੂ ਕੀਤੀ ਕਰੋ। ਠੀਕ ਹੈ ਜੀ, ਠੀਕ ਹੈ। ਮੈਂ ਚਾਹੁੰਦਾ ਕਿ ਜਿਹੜਾ ਮੇਰੇ ਕੋਲ ਇਜ਼ਾਫੀ ਪੈਸਾ ਹੈ ਨਾ, ਉਹ ਮੈਂ ਕਿਸੇ ਪਾਸੇ ਇਨਵੈਸਟ ਕਰ ਦੇਵਾਂ, ਕਿਸੇ ਕੰਮ ਵਿੱਚ ਲਾ ਦੇਵਾਂ। ਭਾਈ ਜਾਨ, ਸੌ ਬੁਲਾਵਾਂ ਦੀ ਸਿਰੇ ਤੇ ਗੱਡ, ਤੁਸੀਂ ਸਾਡੇ ਕੋਲ ਕੀ ਚਾਹੁੰਦੇ ਨੇ? ਇਹ ਬਾਗ ਤੁਹਾਡਾ ਆਪਣਾ? ਅਲਹਮਦੁਲਿਲਾ ਜੀ, ਆਪਣਾ ਤਾਂ ਨਹੀਂ, ਅਲਬੱਤਾ ਮਾਲਕਾਂ ਦਾ ਹੈ। ਅੱਛਾ ਅੱਛਾ, ਮਾਲਕਾਂ ਦਾ। ਹਾਂਜੀ, ਠੇਕੇ ਠੁਕੇ ਤੇ ਨਹੀਂ ਦਿੰਦੇ? ਹਾਂਜੀ, ਚਾਹੁੰਦੇ ਪਹਿਲੇ ਉਹੀ ਹੈ ਗੱਲ, ਆਂਦੇ ਤਾਂ ਪਾਇਆ ਵੀ ਠੇਕੇ ਤੇ ਚਾੜਨਾ ਹੈ। ਦੇ ਦੇਵਾਂਗੇ, ਬਿਲਕੁਲ, ਕੰਮ ਵੀ ਮਾੜਾ ਕੋਈ ਨਹੀਂ, ਬਿਲਕੁਲ। ਹੈਂ, ਕੋਈ ਅੱਛਾ ਬੰਦਾ ਲੱਭਾ ਤਾਂ ਨਾ ਆਉਣੀ ਨਹੀਂ ਮਾਲਕ ਕੋਲ। ਚਲੋ ਨਾ ਫਿਰ ਤੋਰ ਕੇ ਗੱਲ ਕਰਨੀ। ਅੱਛਾ ਜੀ, ਗੱਲ ਤਾਂ ਹੁੰਦੀ ਰਸ, ਤੁਸੀਂ ਇਹ ਦੱਸੋ ਤੁਸੀਂ ਅਮਰੂਦ ਕਿੰਨੇ ਦੇ ਲੈਣੇ ਆ? ਉਹ ਵੀ ਕਰਨਾ, ਤੁਹਾਨੂੰ ਗਾਹਕ ਨਾਲ ਡੀਲ ਕਰਨ ਦੀ ਅਕਲ ਹੀ ਨਹੀਂ, ਤੁਹਾਨੂੰ ਮੈਂ ਲੱਖਾਂ ਕਰੋੜਾਂ ਦੇ ਸੌਦੇ ਦੱਸ ਰਿਹਾ ਤੇ ਤੁਸੀਂ ਇਹ ਅਮਰੂਦ? ਹਾਂਜੀ ਹਾਂਜੀ, ਲੱਗਦਾ ਪਿਆ ਪਤਾ ਹੈ, ਆਓ ਚਲੋ। ਅੱਛਾ ਲੈਣਾ ਜੀ, ਮੇਰਾ ਸਿਆਸਤ ਦੇ ਵਿੱਚ ਵੀ ਪੈਰ ਹੈ। ਪਿਛਾ ਨਾਲਾ ਵਾਂਦਾ ਪਿਆ, ਧੋ ਲਵੋ। ਮੇਰੇ ਕਹਿਣ ਦਾ ਮਤਲਬ ਉਹ ਨਹੀਂ, ਹੋਰ ਮੈਂ ਕੌਂਸਲਰ ਦੀ ਸੀਟ ਤੇ ਵੀ ਲੜਿਆ, ਠੀਕ ਹੈ ਨਾ? ਮਾਸ਼ਾਅੱਲਾ, ਪਰ ਇਹ ਹੈ ਵੀ ਮੈਨੂੰ ਪਤਾ ਬਾਅਦ ਵਿੱਚ ਲੱਗਾ ਜਿਹੜੀ ਕੌਂਸਲ ਤੂੰ ਮੈਂ ਲੜਾਂ ਕੌਂਸਲ ਹੀ ਬਣਦਾ ਜੀ। ਵਾਹ ਜੀ ਵਾਹ, ਮੋਰ ਤਾਂ ਬੜੀ ਵੱਡੀ ਬਿਜ਼ਨਸ ਫੈਮਿਲੀ ਨਾਲ ਤੁਹਾਡਾ ਤਾਲਕ ਹੈ। ਉਹ ਤਾਂ ਬਿਲਕੁਲ ਗੱਲ ਇਵੇਂ ਹੈ ਜੀ, ਆਦੀਆਂ ਜ਼ਾਤੀ ਮਿੱਲਾਂ, ਜ਼ਾਤੀ ਫੈਕਟਰੀਆਂ, ਜ਼ਾਤੀ ਕਾਰਖਾਨੇ, ਕਾਰਾਂ, ਪਲਾਜ਼ੇ, ਪੈਟਰੋਲ ਪੰਪ, ਇਹ ਵੋ, ਅੱਲਾਹ ਤਾਲਾ ਦਾ ਦਿੱਤਾ ਬਹੁਤ ਕੁਝ। ਹਾਂਜੀ ਹਾਂਜੀ, ਸ਼ੁਕਰ ਹੈ ਮਾਲਕ ਦਾ, ਉਹ ਮੈਂ ਤੁਹਾਨੂੰ ਵੇਖਦਿਆਂ ਸਾਰੀ ਸਿਆਣ ਲਿਆ ਸੀ। ਜ਼ਾਹਰੀ ਗੱਲ ਹੈ, ਅੱਲਾਹ ਤਾਲਾ ਨੇ ਫਿਰ ਸ਼ਾਨ ਦਿੱਤੀ ਹੈ ਨਾ, ਬਿਲਕੁਲ। ਤੇ ਹੁਣ ਪੈਸਾ ਵਾਧੂ ਹੈ ਯਾਰ, ਤੇ ਮੈਂ ਚਾਹੁੰਦਾ ਕਿ ਤੁਹਾਡੇ ਰੰਗੇ ਮਸਕੀਨ ਜਿਹੜੇ ਗਰੀਬ ਲੋਕ ਹਨ ਨਾ, ਉਹਨਾਂ ਦੇ ਥੋੜ੍ਹਾ ਜਿਹਾ ਤਰਸ ਕਰ ਲਿੱਤਾ ਜਾਵੇ। ਹੈਂ, ਮੈਂ ਸਮਝਿਆ ਨਹੀਂ ਹਾਂ ਜੀ, ਕੀ ਆਖਣਾ ਚਾਹੁੰਦੇ ਨੇ? ਅੱਛਾ ਫਿਰ ਬਾਗ ਦਾ ਠੇਕਾ ਕਿੰਨਾ ਹੈ? 15 ਲੱਖ ਰੁਪਈਏ ਦੇ ਹਿਸਾਬ ਨਾਲ ਡੋਸੀ। 15 ਲੱਖ ਰੁਪਈਆ ਇੱਕ ਕਿੱਲੇ ਦਾ? ਹਾਂਜੀ ਬਿਲਕੁਲ, 1 ਕਿੱਲੇ ਦਾ 15 ਲੱਖ। ਟੋਟਲ ਜ਼ਮੀਨ ਕਿੰਨੀ? ਇਹ ਜੀ 3 ਏਕੜ 'ਚ ਹੈ। 1, 2, 3, ਬਿਲਕੁਲ ਜੀ, 3। 1 ਕਿੱਲੇ ਦਾ 15 ਲੱਖ, 3 ਦਾ ਹੋ ਗਿਆ 45 ਲੱਖ। ਬਿਲਕੁਲ ਠੀਕ ਗੱਲ, ਬਿਲਕੁਲ 45 ਨਾ ਆਖੋ ਤੇ 5 ਘੱਟ 50 ਲੱਖ। ਹੁਣ ਵੀਰ ਜੀ, ਤੁਸੀਂ ਮੈਨੂੰ ਇੱਕ ਗੱਲ ਆਦੇ ਇਮਾਨੋ ਇਮਾਨੀ ਦੱਸਣੀ ਹੈ। ਮੈਂ ਤੈਨੂੰ ਹੱਥ ਲਾ ਸਕਦਾ, ਤੂੰ ਨਹੀਂ ਲਾ ਸਕਦਾ। ਓ ਸੌਰੀ ਸੌਰੀ, ਆਦੇ ਇਮਾਨੋ ਇਮਾਨੀ ਦੱਸਣੀ ਹੈ, ਜਿਹੜਾ ਬੰਦਾ 45 ਲੱਖ ਰੁਪਈਆ ਠੇਕਾ ਦੇਵੇ, ਉਹਨੂੰ ਜ਼ਮੀਨ ਪੂਰੀ ਮਿਲਣੀ ਚਾਹੀਦੀ ਹੈ ਕਿ ਨਹੀਂ ਮਿਲਣੀ ਚਾਹੀਦੀ? ਬਿਲਕੁਲ ਜੀ, 45 ਲੱਖ ਕਿਹੜਾ ਐਵੇਂ ਆ ਜਾਂਦਾ, ਹੱਕ ਦੀ ਗੱਲ ਹੈ, ਹੱਕ ਦੀ ਗੱਲ ਕੀਤੀ ਹੈ ਨਾ। ਬਿਲਕੁਲ, ਇਹ ਹੁਣ 3 ਕਿੱਲੇ ਪੂਰੀ ਹੈ ਜ਼ਮੀਨ? ਹਾਂਜੀ ਪੂਰੀ ਹੈ। ਦੇਖੋ ਨਾ ਜੀ,
ਮੇਰਾ ਮਿਜ਼ਾਜ ਇਸ ਤਰ੍ਹਾਂ ਦਾ ਜਿੰਨੀ ਦੇਰ ਤੱਕ ਮੈਨੂੰ ਆਦੀ ਸ਼ੋਰਟੀ ਨਹੀਂ ਨਾ ਹੁੰਦੀ ਮੈਂ ਸੌਦਾ ਕਦੇ ਨਹੀਂ ਕੀਤਾ। ਤੁਸੀਂ ਟੈਨਸ਼ਨ ਨਾ ਲਓ, ਜ਼ਮੀਨ ਪੂਰੀ 3 ਕਿੱਲੇ ਇੰਚੀ ਟੇਪ ਨਾਲ ਮੈਨੂੰ ਇਹ ਜ਼ਮੀਨ 3 ਕਿੱਲੇ ਪੂਰੀ ਕਰਦੇ ਦੇ। ਉਹ ਭਾਈ ਤੇਰਾ ਦਿਮਾਗ 'ਚ ਸਹੀ ਹੈ, ਇੰਚੀ ਟੇਪ ਨਾਲ ਜ਼ਮੀਨ ਕੌਣ ਮੀਂਦਾ ਯੇਤੀ। ਬਾਈ ਮੈਂ ਤੈਨੂੰ ਅੱਗੇ ਵੀ ਆਖਿਆ ਜਿੰਨੀ ਦੇਰ ਤੱਕ ਮੇਰੇ ਆਦੀ ਸ਼ੋਰਟੀ ਨਹੀਂ ਹੁੰਦੀ ਮੈਂ ਉਨੀ ਦੇਰ ਤੱਕ ਸੌਦਾ ਕੀਤਾ ਹੀ ਕਦੇ ਨਹੀਂ। 45 ਲੱਖ ਰੁਪਈਆ ਤੁਹਾਡੇ ਜ਼ਿਹਨ 'ਚ ਕਿ ਐਵੇਂ ਆ ਜਾਂਦਾ ਹੈ? 45 ਲੱਖ ਐਵੇਂ ਆ ਜਾਂਦਾ? ਨਹੀਂ ਨਹੀਂ ਬਿਲਕੁਲ ਨਹੀਂ ਬਾਈ ਜੀ, ਖੂਨ ਪਸੀਨੇ ਦੀ ਕਮਾਈ ਹੈ, ਬਲਕਿ ਖੂਨ ਪੈਟਰੋਲ ਦੀ ਕਮਾਈ ਹੈ। ਪੈਟਰੋਲ ਪੰਪ ਜੋ ਹੈ ਇੱਕ ਸੂਤਰ ਮੈਂ ਮਿਹਨਤ ਲਈ ਸਾਂ 3 ਕਿੱਲੇ ਪੂਰੇ ਹੋਣੇ ਚਾਹੀਦੇ ਨੇ। ਚਲੋ ਮੈਨੂੰ ਮਿਹਨਤ। ਉਹ ਬਾਈ ਤੇਰਾ ਦਿਮਾਗ ਹਲ ਗਿਆ, ਇੰਚੀ ਟੇਪ ਨਾਲ ਇਹ ਜਿਹਾ ਕੰਮ ਨਹੀਂ ਹੁੰਦੇ। 3 ਕਿੱਲੇ ਕੋਈ ਮਾਂ ਨਹੀਂ ਰੱਖਦੇ ਹਨ। 3 ਕਿੱਲੇ ਮਾਂ ਨਹੀਂ ਰੱਖਦੇ ਨੇ, 45 ਲੱਖ ਵੀ ਮਾਂ ਨਹੀਂ ਰੱਖਦਾ ਬਾਈ? ਨਹੀਂ ਸੂਤਰੀ ਨਾਲ ਨਹੀਂ ਬਣੀਂਦੀ ਇਹ ਪੋਏ, ਤੈਨੂੰ ਯਕੀਨ ਹੈ ਤੇ ਠੀਕ ਹੈ, ਨਹੀਂ ਤਾਂ ਨਿਕਲਦਾ ਉਹ। ਨਹੀਂ ਬਾਈ ਮੈਂ, ਵਾਹ ਚੱਲ ਲੱਗੇ ਮੈਨੂੰ ਮਿਹਨਤ। ਉਹ ਨਹੀਂ ਬਾਈ, ਉਹ ਚੱਲ, ਉਹ ਨਹੀਂ ਬਾਈ ਨਹੀਂ ਬਣੀਣੀ ਹੈਗੀ ਇਹ ਜ਼ਮੀਨ। 45 ਲੱਖ ਦਾ ਸੌਦਾ ਹੈਗਾ, ਬੇਈਮਾਨ ਆ ਬੇਈਮਾਨ ਤੂੰ ਬਣਾ ਖਲਾ ਯਾਰ ਬਈ ਦੁਬਾਰਾ। ਨਹੀਂ ਯਾਰ ਮੈਂ ਨਹੀਂ ਜਾਣਾ। ਚੱਲ ਚੱਲ ਮਣੀਂਦੀ ਕਿ ਨਹੀਂ ਬਣੀਂਦੀ? ਚੱਲ ਜ਼ਮੀਨ ਨਹੀਂ ਬਣੀਂਦੀ, ਉਹ ਯਾਰ ਨਹੀਂ ਬਣੀਂਦੀ ਬਈ ਤੂੰ ਹੱਦ ਲੈ ਗਈ। 45 ਲੱਖ ਐਵੇਂ ਆ ਗਿਆ। ਇਹ ਕਿੰਨੀ ਜ਼ਮੀਨ? 3 ਕਿੱਲੇ। 3 ਕਿੱਲੇ ਜ਼ਮੀਨ ਹੈ ਇਹਦਾ। ਟੋਟਲ ਬੰਨੇ ਕਿੰਨੇ ਪਾਏ ਨੇ? 9 ਆਏ ਹਨ। 9 ਬੰਨੇ? ਕਿੰਨਾ ਕੁ ਪੁੱਛਦੇ ਤੁਸੀਂ 9 ਬੰਨੇ ਪਾਏ 3 ਕਿੱਲਿਆਂ 'ਚ? ਇਹਨੇ ਪੁੱਛਣਾ ਕਿਹੜੀ ਗੱਲ ਆ, ਸਾਡੀ ਜ਼ਮੀਨ ਹੈ, ਅਸਾਂ ਹੀ ਬੰਨੇ ਪਾਣੇ ਨਾਲ ਦੀ ਮਰਜ਼ੀ ਨਾਲ। ਗਿਣ ਲੈ। ਇਹ ਤੁਸੀਂ 9 ਬੰਨੇ ਕਿਉਂ ਪਾਏ, 10 ਬੰਨੇ ਕਿਉਂ ਨਹੀਂ ਪਾਏ ਤੁਸੀਂ? ਉਹ ਬਾਈ 3 ਕਿੱਲਿਆਂ 10 ਬੰਨੇ ਕਿਵੇਂ ਆਉਂਦੇ ਦੱਸ ਮੈਨੂੰ। ਜਿਹੜੇ ਬੰਦੇ ਨੇ 45 ਲੱਖ ਦੇਣਾ ਹੈ ਨਾ, ਉਹ ਹਿਸਾਬ ਕਿਤਾਬ ਦਾ ਹੱਕ ਵੀ ਰੱਖਦਾ ਹੈ। ਬਾਈ ਕੋਈ ਹਿਸਾਬ ਕਿਤਾਬ ਦਾ ਹੱਕ ਨਹੀਂ, ਐਵੇਂ ਲੈਣੀ ਹੈ ਡੀਲ ਕਰ, ਨਹੀਂ ਤਾਂ ਨਿਕਲਦਾ ਉਹ। ਮੈਨੂੰ ਇਸ ਗੱਲ ਦਾ ਜਵਾਬ ਚਾਹੀਦਾ ਕਿ ਇਹ ਤੁਸੀਂ 10 ਜਾਂ 12 ਬੰਨੇ ਕਿਉਂ ਨਹੀਂ ਰੱਖੇ? ਭਾਈ ਸਾਨੂੰ ਕਿਹੜਾ ਪਤਾ ਬਈ ਤੇਰੇ ਰੰਗਾ ਇੱਕ ਵੱਡਾ ਹੀ ਖਾਚਾ ਆਣੀ ਆ ਇੱਥੇ ਅਤੇ ਉਹਨੇ ਮੇਰੇ ਨਾਲ ਠੇਕਾ ਮੁਕਾ ਗਤਨਾ ਹੈ। ਚੱਲ ਮੇਰੇ ਅੱਗੇ ਲੱਗ, ਬੰਨਿਆਂ ਦਾ ਰੌਲਾ ਤਾਂ ਮੈਂ ਬਾਅਦ ਕੱਢ ਲਈ ਸਾਂ। ਅੱਗੇ ਲੱਗ, ਅੱਗੇ ਚੱਲ। ਉਹ ਨਹੀਂ ਯਾਰ, ਜ਼ਮੀਨ ਮੈਨੂੰ ਮਿਹਨਤ ਦੇ ਭਾਈ, ਇੰਚੀ ਟਾਈਮ ਨਾਲ ਜ਼ਮੀਨ ਨਹੀਂ ਬਣੀਂਦੀ। ਚੱਲ ਚੱਲ ਅੱਗੇ ਲੱਗ, ਆ ਜਾ ਚੱਲ। ਬਣੀਂਦੀ ਹੈ ਕਿ ਨਹੀਂ ਬਣੀਂਦੀ? ਚੱਲ ਜ਼ਮੀਨ ਨਹੀਂ ਬਣੀਂਦੀ। ਉਹ ਨਹੀਂ ਯਾਰ, ਨਹੀਂ ਇੰਚੀ ਟੇਪਾਂ ਨਾਲ ਜ਼ਮੀਨ ਬਣੀਂਦੀ। ਉਹ ਯਾਰ ਤੂੰ ਅੱਗੇ ਆ। ਨਹੀਂ ਮੈਂ ਆਉਂਦਾ। ਨਹੀਂ ਆਉਂਦਾ ਤੂੰ ਬਾਈ ਜੀ? ਹਾਂ, ਇਹ 1 ਬੂਟੇ ਦੇ ਅਮਰੂਦ ਕਿੰਨੇ ਲੱਗਦੇ? 60-70 ਲੱਗ ਜਾਂਦਾ ਉਸੇ। 60-70 ਅਮਰੂਦ? ਇਹ 45 ਲੱਖ ਦਾ ਮੈਂ ਸੌਦਾ ਕਰਨਾ ਹੈ, 60-70 ਅਮਰੂਦ ਪਿੱਛੇ ਮੈਂ ਕਰਨਾ? ਨਹੀਂ ਨਹੀਂ, 60-70 ਪਿੱਛੇ ਕਿਉਂ? ਸਾਰੇ ਬਾਗ ਦਾ ਖਾਦ ਵੀ ਕਿਉਂ ਨਹੀਂ ਲਾਉਂਦੇ ਮੈਨੂੰ ਤੁਸੀਂ? ਖਾਦ ਪਾਣੀ ਕਿਉਂ ਨਹੀਂ ਲਾਉਂਦੇ? ਉਹ ਬਾਈ ਤੂੰ ਇਹਦੇ ਕੋਲ ਆ। ਨਹੀਂ ਕੀ ਮਤਲਬ ਕਿ 45 ਲੱਖ ਤੁਹਾਨੂੰ ਮੈਂ ਕਿਹਦੇ ਦੇਵਾਂ? ਨਾ ਤੁਹਾਡੀ ਜ਼ਮੀਨ ਪੂਰੀ, ਨਾ ਤੁਹਾਡੇ ਬੂਟਿਆਂ ਉੱਤੇ ਅਮਰੂਦ ਪੂਰੇ, ਨਾ ਤੁਹਾਡੇ ਬੰਨੇ ਪੂਰੇ। ਉਹ ਬਾਈ ਬਲਕਿ ਜ਼ਮੀਨ ਵਾਲਾ ਪਹਿਲੇ ਰੋਲਾ ਕਾਟ, ਜ਼ਮੀਨ ਵੇਣ। ਉਹ ਬਾਈ ਹਾਂ, ਲੈ 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 ਲੈ, ਮੈਂ ਤੇਰੀ ਗੱਲ ਨਾਲ ਐਗਰੀ ਕਰਨਾ, ਕਾਟ ਦੀ ਇੰਚੀ ਟੇਪ। ਇੰਚੀ ਟੇਪ ਮੇਰੇ ਕੋਈ ਨਹੀਂ, ਤੇਰੇ ਕੋਲ ਹੈ? ਨਹੀਂ ਮੇਰੇ ਕੋਲ ਤਾਂ ਕੋਈ ਨਹੀਂ। ਕੋਈ ਚੀਜ਼ ਪੂਰੀ ਹੈ ਇਸ ਬਾਗ ਦੇ ਵਿੱਚ? ਭੈਣ ਪੂਰੀ। ਕੀ ਪੂਰੀ? ਅਮਰੂਦ ਪੂਰੇ ਹਨ ਅਲਹਮਦੁਲਿਲਾ, ਬੂਟੇ ਪੂਰੇ। ਮੈਂ ਤੇ ਪੁੱਟਪੜੀ ਦੇ ਵਿੱਚ ਕੋਈ ਬਲਾ ਮਾਰ ਸਾਂ ਤੇਰੇ। ਉਹ ਬਾਈ ਤੂੰ ਮੇਰਾ ਸਿਰ ਪਾੜਨ ਆਇਆ ਸਪੈਸ਼ਲ ਇੱਥੇ, ਤੈਨੂੰ ਗੱਲਾਂ ਕਿੰਨੇ ਹੈ? ਗੱਲਾਂ ਕਿੰਨੇ ਹੈ ਤਾਂ ਮੈਨੂੰ ਖੁਫੀਆ ਏਜੰਸੀਆਂ ਨੇ ਗੱਲਾਂ ਹੈਗਾ, ਬੇਵਕੂਫ ਇਨਸਾਨ। ਚੱਲ ਅੱਗੇ ਮੈਨੂੰ ਜ਼ਮੀਨ ਮਿਹਨਤ ਦੇ। ਉਹ ਬਾਈ ਇੰਚੀ ਟੇਪ ਨਹੀਂ ਅਵੇਲੇਬਲ ਹੈਗੀ, ਮੈਂ ਕੀ ਕਰਾਂ? ਬਾਈ ਨਾ ਹੋਵੇ ਉਹ ਮੇਰਾ ਮਸਲਾ ਨਹੀਂ ਹੈ। ਆ ਗਏ ਬਣੀਂਦੀ ਹੈ ਕਿਵੇਂ ਮਿਹਨਤ ਲਾ ਜ਼ਮੀਨ ਹੈ 45 ਲੱਖ ਇਕੱਠਾ ਕਿਧਰੇ ਵੇਖਾ ਹੀ? ਹਾਂ ਬਚਪਨ ਹੀ ਵੇਖਾ, ਇੱਕ ਬੈਂਕ 'ਚ ਗਿਆ ਬਚਪਨ, ਤੂੰ ਵੇਖਾ ਹੈ ਸਿਰਫ ਦੂਰੋਂ। ਕਰੋੜਾਂ 'ਚ ਖੇਡਣਾ ਅਸੀਂ, ਸੌਦੇ ਐਵੇਂ ਨਹੀਂ ਹੁੰਦੇ। ਐਵੇਂ ਗੱਲ ਹੈ, ਠੀਕ ਹੈ ਨਾ? ਜ਼ਮੀਨ ਮਿਹਨਤ ਦੇ।
ਭਾਈ ਨਹੀਂ ਜ਼ਮੀਨ ਬਣੀਂਦੀ ਯਾਰ ਇੰਚੀ ਟੇਪ ਨਹੀਂ ਹੈਗੀ ਚੱਲ ਇੱਕ ਸ਼ੁਰੂ ਕਰ ਭਾਈ ਕੋਈ ਹੋਰ ਆਕਾ ਇੰਚੀ ਟੇਪ ਲਾਵਾ ਕੋਈ ਹੋਰ ਆਕਾ ਕਰ ਬਾਗ ਨੂੰ ਆਉਣ ਦੇ ਕਿੰਨੇ ਰਾਸਤੇ ਬਾਗ ਨੂੰ ਆਉਣ ਦੇ ਤਿੰਨ ਚਾਰ ਰਾਸਤੇ ਦੋਸਤ ਸਨ ਪੰਜਵੇਂ ਦੀ ਜਗ੍ਹਾ ਇੱਕੋ ਨਹੀਂ ਹੋਰ ਰਾਸਤਾ ਹੈ ਇੱਕੋ ਹੀ ਹਾਂ ਤੂੰ ਇੱਥੋਂ ਜ਼ਮੀਨ ਇੰਚੀ ਟੇਪ ਨਾਲ ਮਿਲਣੀ ਸ਼ੁਰੂ ਕਰ ਯਾਰ ਇੰਚੀ ਟੇਪ ਨਹੀਂ ਹੈ ਮੇਰੇ ਕੋਲ ਕੋਈ ਹੋਰ ਰਾਸਤਾ ਕਰ ਦੇ ਹੋਰ ਰਾਸਤਾ ਕੱਢਾ ਹਾਂ ਕੱਢ ਕੱਢ ਗੇਠਾਂ 'ਚ ਕਰ ਗੇਠਾਂ 'ਚ ਕਰ ਹਾਂ ਮੇਰੀ ਗੇਠ ਹੈ 9 ਇੰਚ ਤੇਰੀ ਗੇਠ 8 ਇੰਚ ਗਿੱਠਾਂ ਨਾਲ ਜ਼ਮੀਨ ਪੂਰੀ ਕਰ ਉਹ ਬਾਈ ਗਿੱਠਾਂ ਨਾਲ ਜ਼ਮੀਨ ਕੌਣ ਮਿਣਦਾ ਹੈਗਾ ਜੀ ਅੱਜ ਕੱਲ੍ਹ ਬਾਈ ਤੈਨ ਤੂੰ ਆਖਾ ਕੋਈ ਹੋਰ ਰਾਸਤਾ ਕੱਢ ਹੋਰ ਰਾਸਤਾ ਨਿਕਲ ਗਿਆ ਨਾ ਹਾਂ ਹੁਣ ਅੱਗੇ ਮੇਰਾ ਮਸਲਾ ਨਹੀਂ ਹੈ ਤੂੰ ਮਿਣਨੀਆਂ ਸ਼ੁਰੂ ਕਰ ਉਹ ਯਾਰ ਨਹੀਂ ਗਿੱਠਾਂ ਨਾਲ ਕਦੇ ਜ਼ਮੀਨ ਬਣੀ ਜੀ ਦਿਮਾਗ 'ਚ ਨਾ ਸਹੀ ਹੈ ਬਚਵੇਂ ਮਿਣ ਮਿਣ ਯਾਰ ਕੈਸਾ ਬੇਵਕੂਫ ਬੰਦਾ ਹੈ ਨਹੀਂ ਕਿੱਥੇ ਨਾ ਬਣੀਂਦੀ ਜ਼ਮੀਨ ਯਾਰ ਤੂੰ ਮਿੰਗਣੀਆਂ ਸ਼ੁਰੂ ਕਰ 45 ਲੱਖ ਦਾ ਸੌਦਾ ਅੱਛਾ ਗੱਲ ਹੈ ਇਹ ਹੁਣ ਮੇਰੀ ਸੁਣ ਲੈ ਗੱਲ ਹੈ ਮੇਰੀ ਉਂਗਲ ਗੇਟ ਕਿਹੜੀ ਹੈ ਇਹ ਕਿਤੇ ਇੰਚ ਦੀ ਦੱਸੀ 8 ਤੇਰੀ ਕਿਤੇ ਦੀ ਹੈ 9 ਐਂ ਕਰ ਤੇਰੀ ਗੇਟ ਹੈ ਵੱਡੀ ਮਿੰਗਣੀ ਸ਼ੁਰੂ ਕਰ ਤੇ ਆਪਾਂ ਚੌਦੇ ਵੇਲੇ ਹੋ ਜਾਂਦੇ ਚੱਲ ਮੇਰਾ ਪੁੱਤਰ ਲੱਗ ਜਾ 45 ਲੱਖ ਮੈਂ ਲੈਣਾ ਨਹੀਂ 45 ਤਾਂ ਮੈਂ ਲੈਣਾ ਮੋੜ ਜ਼ਮੀਨ ਜ਼ਮੀਨ ਕਿਹਨੇ ਲੈਣੀ ਹੈ ਜ਼ਮੀਨ ਮੈਂ ਲੈਣੀ ਹੈ ਲੇਕਿਨ ਪੂਰੀ ਕਿੰਨਾ ਕਰਤ ਦੇਣੀ ਹੈ ਅਸਾਂ ਕਰਤ ਦੇਣੀ ਹੈ ਉਹ ਭਾਈ ਮੇਰੇ ਵੱਲੋਂ ਜ਼ਮੀਨ ਪੂਰੀ ਹੈ ਇਹ ਤੇਰਾ ਸ਼ੱਕ ਹੋ ਵਹਿਮ ਹੈ ਜਿਹਦਾ ਕੋਈ ਇਲਾਜ ਨਹੀਂ ਇੱਕ ਗੇਟ ਬਿਣੀ ਨਾ ਚੱਲ ਲੈ ਜਾ ਇਹ ਗੇਟ ਦੀ ਕਿਹੜੀ ਗੱਲ ਹੈ ਮਿਣ ਲੈਣਾ ਹਾਏ ਹੋ ਗਈ ਮਣੀਰ ਗਈ ਹਾਂ ਇੱਕ ਹੋਰ ਮਿਣ ਇੱਕ ਹੋਰ ਹੋ ਗਈ ਇੱਕ ਹੋਰ ਮਿਣ ਇੱਕ ਹੋਰ ਹੋ ਗਈ ਇੱਕ ਹੋਰ ਮਿਣ ਇੱਕ ਹੋਰ ਹੋ ਗਈ ਕਿੰਨੀਆਂ ਹੋ ਗਈਆਂ 4 ਚਾਰ ਹੋ ਗਏ ਐਵੇਂ ਗਿਣਦਿਆਂ ਗਿਣਦਿਆਂ ਆਪਾਂ ਪੂਰਾ ਬਾਗ ਮਿਲ ਲੈਣਾ ਉਹ ਨਹੀਂ ਭਾਈ ਆ ਗੰਦਗੀ ਲੱਗ ਗਈ ਕਿਹੜੀ ਇਹਦਾ ਜ਼ਿੰਮੇਵਾਰ ਕੌਣ ਹੈ ਗੰਦਗੀ ਨੂੰ ਗੰਦਗੀ ਨਹੀਂ ਲੱਗਦੀ ਹੁੰਦੀ ਸਮਝ ਆਈ ਨਾ ਇਹਦਾ ਉਤਰੋ ਤੈਨੂੰ ਨਹੀਂ ਲੱਗਦੀ ਮੇਣ ਬਈ ਮੈਨੂੰ ਇੱਥੇ ਜ਼ਮੀਨ ਪੂਰੀ ਕਰ ਦੇ ਭਾਈ ਇਤਬਾਰ ਹੈ ਤਾਂ ਠੀਕ ਹੈ ਨਹੀਂ ਤਾਂ ਆਪੇ ਗਿੱਠਾ ਨਾਲ ਬਈ ਇਤਬਾਰ ਨੂੰ ਸੱਚ ਚ ਮੈਂ ਇਤਬਾਰ ਨਾਲ ਆਪੇ ਗੱਲ ਕਰ ਲਈ ਸਰ ਉਹ ਭਾਈ ਇਤਬਾਰ ਦਾ ਮਤਲਬ ਹੈ ਟਰਸਟ ਹਾਂ ਮੈਨੂੰ ਤੇਰੇ ਤੇ ਟਰਸਟ ਹੈ ਤੇਰੀ ਗੇਟ 8 ਇੰਚ ਦੀ ਹੈ ਮੇਣ ਉਹ ਯਾਰ ਨਹੀਂ ਇਹ ਮਣੀਂਦੀ ਗਿੱਠਾ ਨਾ ਬਈ ਤੂੰ ਤੂੰ ਚਾਰ ਗਿੱਠਾ ਮੇਣ ਚਾਰ ਯਾਰ ਤੂੰ ਮੇਣ ਤਾਂ ਸਹੀ ਯਾਰ ਚਾਰ ਮੈਂ ਮਿਣੀਆਂ ਹੈ ਹੁਣ ਤੂੰ ਚਾਰ ਮੇਣ ਤੂੰ ਕਿੱਥੇ ਛੱਡਾ ਮੈਂ ਇੱਥੇ ਛੱਡਾ ਹੈ ਹਾਂ ਮਿੰਦਾ ਚੱਲ 1 ਹਾਂ 2 ਹਾਂ 3 ਮਿੰਦਾ ਚੱਲ ਹੁਣੇ 3 ਕਿੱਲੇ ਵੇਖੀ 4 ਹੋ ਗਈ ਯਾਰ ਹੁਣ ਮੈਂ ਇੱਕ ਗੇਠ ਵੀ ਨਹੀਂ ਮਿਲਣੀ ਹਾਂ ਮੈਂ ਅੱਛਾ ਯਾਰ 45 ਲੱਖ ਦਾ ਸਵਾਲ ਹੈ ਯਾਰ ਕੀ ਤੁਸੀਂ ਗੱਲਾਂ ਕੀਤੀ ਜਾਂਦੇ ਨੇ ਯਾਰ ਇੱਕ ਆਈਡੀਆ ਹੈ ਮੇਰੇ ਕੋਲ 45 ਵਜਾ 40 ਦੇ ਨਿਕਲਣਾ ਹੋ ਜਮੀਨ ਪੂਰੀ ਇਹ ਤੋਂ ਸਾਬਤ ਹੁੰਦਾ ਹੈ ਕਿ ਜ਼ਮੀਨ ਘੱਟ ਹੈ ਜਿਹੜੀ ਤੂੰ ਆਹ ਬਾਰਗੇਨਿੰਗ ਕੀਤੀ ਹੈ ਨਾ ਆਹ ਜਿਹੜੀ ਬਾਰਗੇਨਿੰਗ ਪੈਸੇ ਘੱਟ ਕਰਨ ਵਾਲੀ ਇੱਥੋਂ ਮੈਨੂੰ ਹੋਰ ਸ਼ੱਕ ਹੋ ਗਈ ਇਹ ਬਾਗ 3 ਦੇ ਬਜਾਏ 2 ਕਿੱਲੇ ਭਾਈ ਇਹ ਸਪੈਸ਼ਲ ਆਫਰ ਮੈਂ ਤੇਰੇ ਹੱਥ ਰੱਖੀ ਹੈ 40-50 ਨਿਕਲਦਾ ਉਸ ਮਾਲਕ ਮਾਂ ਤੈਨੂੰ ਕੀ ਦੱਸਾਂ ਨਾ ਕਰਪਸ਼ਨ ਅੱਜ ਤੱਕ ਕੀਤੀ ਹੈ ਤੇ ਨਾ ਕਰਨੀ ਹੈ ਉਹ ਯਾਰ ਸਮਝਣ ਦੀ ਕੋਸ਼ਿਸ਼ ਕਰ ਇੰਚੀ ਟੇਪ ਹੁੰਦੀ ਤਾਂ ਆਪਣੇ ਨੂੰ ਪ੍ਰੋਬਲਮ ਫੇਸ ਨਹੀਂ ਕਰਨੀਆਂ ਪੈਣੀਆਂ ਆਈਆਂ ਯਾਦ ਲਈ ਆਵੇ ਆ ਤੈਨੂੰ ਪਤਾ ਜ਼ਮੀਨ ਨਹੀਂ ਮਿਲਣੀ ਨਹੀਂ ਤੂੰ ਮਿਣਿਆ ਤਾਂ ਮੋੜ ਨਹੀਂ ਮੈਂ ਮਿਲਣੀ ਥਾਣੇ ਜਾਸਾਂ ਹੈਂ ਡੀਲ ਹੋਈ ਥਾਣੇ ਜਾਸੇ ਜਾਸਾਂ ਥਾਣੇ ਜਾ ਕੀ ਕਾਕਸ ਹੈ ਮੈਂ ਉੱਥੇ ਆਦਾ ਜੱਗਾ ਨਹੀਂ ਪਾੜਦਾ ਮੈਂ ਉੱਥੇ ਆਖਸਾਂ ਮੈਨੂੰ ਜ਼ਮੀਨ ਨਹੀਂ ਪੂਰੀ ਮਿਣ ਤੇ ਦਿੰਦੇ ਪਿਆ ਉਹ ਭਾਈ ਇਹ ਆਪਣੀ ਡੀਲਿੰਗ ਇਹਦੇ ਥਾਣੇ ਦਾ ਕੰਮ ਹੀ ਕੋਈ ਨਹੀਂ ਕੰਮ ਹੀ ਕੋਈ ਨਹੀਂ ਕਿੰਨੇ ਲੈਣੇ ਨੇ ਕਿੰਨੇ ਲੈਣੇ ਨੇ 45 ਲੱਖ 45 ਲੱਖ ਦੀਆਂ ਲਾਂਤਾਂ ਜੇ ਜ਼ਮੀਨ ਨਹੀਂ ਪੂਰੀ ਦੇਣੀ ਤਾਂ ਉਹ ਭਾਈ ਤੂੰ ਕੋਰਟ ਕਚਹਿਰੀ 'ਚ ਬਾਹਰ ਮੁਕਾ ਕੋਈ ਮੈਂ ਨਹੀਂ ਮੁਕਾਣੀ ਉਹ ਯਾਰ ਨਹੀਂ ਬਣੀਂਦੀ ਯਾਰ ਕਿੱਥੇ ਨਾ ਇੱਥੇ ਗੇਠ ਤੂੰ ਗੇਠ ਮੇਂ ਖਾ ਯਾਰ ਨਹੀਂ ਮੈਂ ਮਿੰਦਾ ਨਹੀਂ ਕਿੱਥੇ ਨਾ ਬਣੀਣੀ ਕਿਉਂ ਨਹੀਂ ਬਣੀਣੀ ਯਾਰ ਟਰਸਟ ਮੀ ਆ 3 ਕਿੱਲੜੀਆਂ ਨੇ ਯਾਰ 3 ਕਿੱਲੇ ਸਿਰਫ ਟਰਸਟ ਮੀ ਦਾ ਗਾਰਡਨ ਇਜ਼ ਕੰਪਲੀਟਿਡ 3 ਏਕੜ ਕੰਪਲੀਟਿਡ ਸਾਨੂੰ ਆਮ ਬੰਦਾ ਸਮਝੇ ਸਮਝਣ ਦੀ ਲੋੜ ਕਿਹੜੀ ਹੈ ਅਸੀਂ ਜੰਮੇ ਹੀ ਥਾਣੇ ਵਿੱਚ ਓ ਹਾਂ ਹਾਂ ਲੱਗਦਾ ਪਤਾ ਅਸੀਂ ਜੰਮੇ ਹੀ ਥਾਣੇ 'ਚ ਹਾਂ ਤੂੰ ਸਾਨੂੰ ਵਾਲੀ ਜਾਣਦਾ ਨਹੀਂ ਹੈ ਹਾਂਜੀ ਗਲਤੀ ਹੋ ਗਈ ਜੀ ਨਹੀਂ ਜਾਣਨਾ ਵਾਕਿਆ ਤੋਂ ਅੱਛਾ ਤੁਸੀਂ ਇਹ ਦੱਸੋ ਤੁਸੀਂ ਥਾਣੇ ਕਿਉਂ ਜੰਮੇ ਨੇ ਹਾਏ ਅਮੀਰਾਂ ਦਾ ਇੱਕ ਪਰਚਾ ਉੱਥੇ ਜੰਮਤਾ ਮਾਸ਼ਾਅੱਲਾ ਮੋੜ ਤਾਂ ਵਾਕਿਆ ਤੁਹਾਡੇ ਜਾਣ ਪਛਾਣ ਉਸ ਗੱਲ ਨਹੀਂ ਬਦਲਣੀ ਕਿੱਥਾ ਨਹੀਂ ਭਾਈ ਗਿੱਠਾਂ ਨਹੀਂ ਬਣੀਂਦੀਆਂ ਤੂੰ ਕਾਨੂੰਨ ਦਾ ਦਰਵਾਜ਼ਾ ਖੜਕਾ ਲੈ ਮੈਂ ਕਹਿਣਾ ਕਾਨੂੰਨ ਦਾ ਦਰਵਾਜ਼ਾ
एक ही बचकाना हरकत है जी। ये बचकाना हरकत नहीं है, ये 45 लाख का सवाल है। कौन तो मिलने है पैसे। चलो बाजू इतो मिलने है। लड़ लड़ाई तू मेरे ना। चल बेटा आ जा लाड़। लगी रही है सोर। ए हुण की है कितना मैन वन टू वन टू आनी है मैन थ्री फोर फाइव सिक्स। ओए ओए यार मूड आज खराब हो गए। तू मैना का पहने कितने ना जमीन मिली मणिंदी नहीं मणिंदी मणिंदी तेरे में प्यार ना आखला पे मिल माए तेनू प्यार नाल नहीं आखला पिया भाई नहीं मणिंदी ए मणी सी जमीन एवे ही मणी ए एवे नहीं मणी नहीं यार तू एक बारी मेहनत तो सही मेरे हाथ से भग नहीं। हां यार कोई और मोक शोक लेने मालिक दे आऊं पर ठीक है तू आ मैनू गल कीती है बे कोई और रास्ता काट। हां इंची टेप नाल नहीं मणी बिल्कुल आखा ही ना आखा मैं दरमियानी रास्ता काट लिया हूँ उन्हें अमल क्यों नहीं करना भाई है कोई रास्ता नहीं भाई मैं कोई जवाब नहीं चाहिए कोई जवाब नहीं। ओ भाई तेरा दिमाग ठीक है इतना जमीन या यार ना पता ही क्या है डोंट डील विद मी आवर ओनर विल बिकम बैड एज सून द डील विद हिम। मेरा नाम एवं नहीं रखी जा चौधरी मजबूर अली खान। हाँ जी किसे मजबूर होते रखा होना है भाई मालक आ सी उन दिन मोक लवी ये जमीन एवं नहीं मायंदी। चल ਉਥੋਂ ਕੰਮ ਔਖਾ ਇੱਥੋਂ ਮੈਂ ਉਹ ਭਾਈ ਰਹਿਣ ਦੇ ਕਿੱਥੇ ਨਾ ਜ਼ਮੀਨ ਨਹੀਂ ਤੂੰ ਕਰ ਸਕੀ ਤੂੰ ਮੇਰਾ ਸਿਰ ਪਾੜ ਤੂੰ ਤੂੰ ਮੇਰਾ ਕੀ ਕਰ ਸੇ ਆ ਬੈਠੋ ਆ ਸਿਰ ਪਾੜ ਪਾੜ ਸੇ ਸਿਰ ਪਾੜਾ ਵੇ ਧਰਮ ਕਾ ਕਾ ਚਾਲ ਨਿਕਲ ਦੋ ਗੈਟ ਫਰੋਮ ਮਾਈ ਗੈਟ ਆਊਟ ਫਰੋਮ ਮਾਈ ਗਾਰਡਨ ਬੈਠਾ ਬਾਹਰ ਤੇ ਭਾਈ ਮੈਂ ਤਾਂ ਫਿਰ ਜ਼ਮੀਨ ਮੈਨੂੰ ਮਿਹਨਤ ਦੇ ਚਾ ਆਖਰੀ ਵਾਰ ਤੈਨੂੰ ਆਖਦਾ ਪਿਓ ਤੈਨੂੰ ਮੈਂ ਤਾਂ ਫਿਰ ਜਾਨ ਛੱਡ ਚਾ ਮੇਰੀ ਇੱਕ ਹੋਰ ਤਰੀਕਾ ਹੈ ਆ ਵਟਾ ਥੱਲੇ ਸਾ ਅੱਜਾ ਨਹੀਂ ਅੱਛਾ ਮਿਰਸੇ ਨਹੀਂ ਓ ਮੇਨਾ 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 ਜ਼ਮੀਨ ਮੇਨ ਜ਼ਮੀਨ ਮੇਨ ਓ ਮੇਨਾ ਮੇਨ ਅਛੜ ਸੇ ਜ਼ਮੀਨ ਸਾ ਯਾਰ ਇਹ ਕਿ ਮੇਨ ਆਏਗਾ ਮੇਨ ਆਦ ਨਹੀਂ ਲਾਏਗੀ ਮੇਨ ਓ ਮੇਨ ਮੇਨ ਛੱਡ ਵੀ ਆਖ ਸੇ 45 ਲੱਖ ਦੇ ਸੌਦੇ ਐਵੇਂ ਵਾ 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 ਜਿਵੇਂ ਮੈਂ ਸੌਦਾ ਕੀਤੇ ਕਦੇ ਉਹ ਯਾਰ ਛੱਡ ਛੱਡ ਮੈਂ ਮਿਲ ਸਾਂ ਭਾਈ ਮੈਂ ਅੱਜ ਨਾ ਜ਼ਮੀਨ ਮਿਣਾਵਾਂ ਤੇ ਮੇਰਾ ਨਾਮ ਬਦਲ ਦੇ ਜੇ ਮੈਂ ਮਿਹਨਤ ਲੈ ਜਾਵਾਂ ਮੇਰਾ ਨਾਮ ਹੀ ਬਦਲ ਦੇ ਕੀ ਨਾਮ ਹੈ ਤੇਰਾ ਰਾਂਝਾ ਤੇਰਾ ਨਾਮ ਹੈ ਸੈਦਾ ਖੇੜਾ ਰੱਖ ਸਾਂ ਹੂੰ ਮਿਲਣਾ ਕਿ ਨਹੀਂ ਮਿਲਣਾ ਨਹੀਂ ਯਾਰ ਬਾਤ ਵੇਖ ਓ ਯਾਰ ਤੂੰ ਛੱਡ ਓ ਆ ਡੇਢ ਅਟੈਕ ਮੈਨੂੰ ਪਸੰਦ ਨਹੀਂ ਓਏ ਓਏ ਉਹ ਪੈਰ ਦੋਰਾ ਕਰ ਦਿੱਤਾ ਈ ਓਏ ਚੱਲ ਯਾਰ ਚੱਲ ਯਾਰ मजबूर ना कर तेरे को कानून रास्ता है मालक किदे मालक ता बाहर दे मुल्क गया होया जरूरी काम ते आज असि चौक मंजे दे उन इस टाइम कौन मालक है इस टाइम ता तू मालक है ना हाँ। मिणता नहीं है जमीन नहीं मिणना है मेन इथे मेन ओ यार मिणना है मिणना है मिणना है इथे मेन उदो दलसियां मिणियां सना जमीन में
ਅਹੀਂ ਕਰਨੇ ਆ ਅਹੀਂ ਤੂੰ ਮੈਂ ਮਿਲਣਾ ਪਰ ਤੂੰ ਮਿਲਣੀ ਸ਼ੁਰੂ ਕਰ ਦੋਵੇਂ ਬਿਰਾ ਰਾਲ ਤੇ ਮਿਲਣੇ ਆ ਚੱਲ ਤੂੰ ਆਦੀ ਮਿਲ ਮੈਂ ਆਦੀ ਮਿਲ ਠੀਕ ਹੈ ਤਿੰਨ ਕਿੱਲਾ ਤੂੰ ਮਿਣ ਜਿਹੜੀ ਉੱਤੇ ਵਾਧੂ ਹੋਈ ਉਹ ਮੈਂ ਮਿਲ ਲਈ ਸੋਚਾ ਇਹ ਮਤਲਬ ਹੈ ਤੇਰਾ ਪਹਿਲੇ ਤੁਹਾਡੇ 3 ਕਿੱਲੇ ਪੂਰੀ ਨਹੀਂ ਹੋਣੇ ਹੁਣ ਉੱਤੇ ਤੇ ਆ ਗਈਆਂ ਭਾਈ ਡੇਢ ਡੇਢ ਕਿੱਲਾ ਮਿਣਨੀ ਹੈਗੀ ਠਾਣਾ ਠੀਕ ਹੈ ਆਦਾ ਮਿਣ ਚੱਲ ਮਿਣਨੀ ਸ਼ੁਰੂ ਕਰ ਚੱਲ ਨਾਲੇ ਮੈਨੂੰ ਇਹ ਵੀ 10 ਕਿੱਲੇ ਗਿੱਠਾਂ ਕੀਤੀਆਂ ਆਉਣੀਆਂ ਚੱਲ ਜੇ ਕਿੱਲਾ ਹੋ ਜਾ ਵੀ ਮੈਂ ਤੈਨੂੰ ਗਿੱਠਾਂ ਦੱਸ ਦੇ ਸਭ ਇਹ ਹੋ ਗਈਆਂ ਚੱਲ ਇੱਕ ਭਾਈ ਆਦੇ ਇਸੇ ਦੀ ਮਿਹਣ ਦੋ ਤਿੰਨ ਚਾਰ ਪੰਜ ਦਾਦੀ ਨੂੰ ਆਖ ਜਦੋਂ ਚੰਗੀ ਸਿੱਧਾ ਨਹੀਂ ਸਕਦੇ।